ਸਾਸਤਰੀ ਗੱਲ ਬਿਰਜੀ ਮੈਂ ਥਾਰਾ ਗੱਲਾ ਗਲਾਕੜ ਪਾਰਨ ਦੀ ਤੇ ਲਾਡਾ ਲਾਡਾ ਡਿਸਕਸਨ ਰੇਡੀਓ ਪ੍ਰੋਗਰਾਮ ਕੇ ਵਿੱਚ ਮੈਂ ਕਰ ਰਿਹਾ ਸਾਰਿਆਂ ਕਾ ਨਿੱਗਾ ਸਵਾਗਤ ਦੋ ਦਿਨ ਇਸ ਕਰਕੇ ਨਹੀਂ ਆਇਆ ਕਿਉਂਕਿ ਵੀਰਾ ਦੀਵਾਲੀ ਮਨਾਣ ਪਿੰਡ ਵਗ ਗਿਆ ਦਾ ਔਰ ਫਿਰ ਪਿੰਡ ਲੱਗ ਗਿਆ ਦਿਲ ਮੈਂ ਕਿਹਾ ਵੀ ਵੀਰ ਦੋ ਦਿਨ ਫਿਰ ਧੀਲ ਪਿੰਡ ਵਾਲਿਆਂ ਨੂੰ ਵੀ ਦੇਖ ਆਇਆ ਔਰ ਵੀਰ ਦੀਵਾਲੀ ਤੇ ਬਾਅਦ ਪੰਜਾਬ ਕੀ ਸਿਆਸਤ ਪੂਰੀ ਤਰ੍ਹਾਂ ਭਾਖ ਗਈ ਨਵਜੋ ਸਿੱਧੂ ਆਪਣਾ ਚੱਕੀ ਫਿਰ ਰਿਹਾ ਪਟਾਕਾ ਚਰਨਜੀਤ ਚੰਨੀ ਆਪਣਾ ਪਟਾਕਾ ਚੱਕੀ ਫਿਰ ਰਿਹਾ আর ਕੈਪਟਨ ਮੋਰਿੰਦਰ ਆਪਣੇ ਪਟਾਕੇ ਚੱਕੀ ਫਿਰ ਰਿਹਾ আর ਵੀਰ ਯੋ ਕਹਿ ਲੋ ਸਾਰੇ ਆਪਣੇ ਆਪਣੇ ਪਟਾਕੇ ਚੱਕਾ ਆਪਣੀ ਆਪਣੀ ਸ਼ਾਸਤਨ ਚਮਕਾਣੇ ਦੇ ਵਿੱਚ ਮ ਲੱਗ ਰਹੇ আর ਆਪਾਂ ਪਹਿਲੀ ਗੱਲ ਸੁਣਾਮਾ ਤੁਹਾਨੂੰ ਵੀ ਚੰਨੀ ਸਰਕਾਰ ਨੇ ਲੋਕਾਂ ਨੂੰ ਬੜੀ ਰਾਹਤ ਦੇਤੀ ਚੰਨੀ ਕਰਾ ਵੀ 10 ਰੁਪਇਆ ਕਰਤਾ ਮਾਨਾ ਪਟਰਾਉਲ ਸਸਤਾ 5 ਰੁਪਇਆ ਕਰਤਾ ਡੀਜ਼ਲ ਸਸਤਾ ਵੀ ਭੂਕੋ ਨਜ਼ਾਰੇ ਲੁੱਟੋ ਕਿਉਂਕਿ ਵੀਰ ਪਹਿਲਾਂ 3 ਰੁਪਇਆ ਲਾਈਟ ਸਸਤੀ ਕਰਤੀ ਦੀ ਈ ਵੇ ਚੰਡੀ ਕਰਾ ਵੀ ਪੈਟਰੋਲ ਨਹੀਂ ਕਰਾ ਕਰਿਆ ਲਾ 10 ਬਾਹੀ ਵੀਰ ਮਤਲਬ ਕਹਿ ਦੋ ਵੀ ਬੰਦਾ ਜੋ ਖੁਸ਼ ਨਹੀਂ ਕਰ ਸਕਦਾ ਬੰਦਿਆਂ ਨੂੰ ਈ ਬਿਜਲੀ ਵਾਲੇ ਕਹਰੇਗਾ ਕਾ ਵੀਰ ਬਿਜਲੀ ਤਾਂ ਕਰਤੀ ਸਸਤੀ ਪਟਰਾਉਲ ਸਸਤਾ ਕਰਾ ਹਰ ਵੀਰਾ ਚੰਨੀਗੜਾ ਪੈਟਰੋਲ ਵੀ ਕਰਦਿਆ ਸਸਤਾ ਫਿਰ ਯੋ ਵੀਰਾ ਈਵ ਕਹਿ ਲਿਓ ਵੀ 10 ਰੁਪਏ ਸਸਤਾ ਹੋਇਆ ਜਦੇ ਬਾਦਲ ਕੇ ਈਵ ਯੋ ਵੀਰ ਬਹੁਤ ਜਲਦ ਕਹਾਂਗੇ ਸੁਣ ਲਿਓ ਚਾਹੇ ਥਮ ਬਾਦਲ ਕਾ ਬਿਆਨ ਭਾਈ ਕੱਲ ਮਨ ਨ ਤਬਾ ਪਾਇਆ ਚੰਨੀ ਦੇ ਉੱਪਰ ਤਾਂ ਜਾ ਕੇ ਚੰਨੀ ਨੇ ਯੋ ਕੱਟ ਕਰਿਆ ਹਾਲਾਂਕਿ ਇਹਨਾਂ ਨੂੰ ਸਾਰਾ ਪਤਾ ਹੋਵਾ ਵੀ ਕੱਲ ਨੂੰ ਮੀਟਿੰਗ ਮਾ ਕੀ ਹੋਣਾ ਕੀ ਨਹੀਂ ਯੋ ਜਿਹੜੇ ਚੁਗਲੀ ਬਾਜ ਹੋਵਾ ਚੁਗਲੀ ਖੋਰ ਜਿਨ੍ਹਾਂ ਨੂੰ ਭਰੋ ਸਹਿਯੋਗ ਸੂਤਰ ਕਹਾ ਯੋ ਸਾਰੇ ਦੱਸਦਾ ਵੀ ਕੱਲੂ ਯੋ ਬਾਤ ਹੋਣੇ ਵਾਲੀ ਯੋ ਬਾਤ ਦੇ ਉੱਪਰ ਯੋ ਹੋਵੇਗਾ ਇਤਰਾ ਹੋਵੇਗਾ ਇਤਰਾ ਹੋਵੇਗਾ ਆਰ ਵੀਰਾ ਯੋ ਕੈਲੋ ਵੀ ਯੋ ਸਭ ਇਲੈਕਸ਼ਨ ਖਾਤਰ ਜਿਗਾੜ ਹੋ ਰਿਆ ਲੈਟ ਵੀ ਸਸਤੀ ਔਰ ਕੱਲ ਚੰਨੀ ਸਰਕਾਰ ਨੂੰ ਝਟਕਾ ਵੀ ਵੱਜਿਆ ਦਾ ਇੱਕ ਕਾ ਯੋ ਜਿਹੜੇ ਰੇਟ ਕੱਟ ਕਰਨੇ ਵਾਲੇ ਜਿਹੜੇ ਇਹਨਾਂ ਨੇ ਥਰਮਲ ਪਲਾਂਟਾਂ ਨਾਲ ਸਮਝੌਤੇ ਰੱਦ ਵਾਲਾ ਚੱਕਰ ਪਾਇਆ ਯੋ ਵੀ ਕੱ ਸਟੇਲੇਗਾ ਖੜ ਗਿਆ ਅਗਲੇ ਕੱਲ੍ਹ ਐ ਕਰ ਲਿਓ ਬਾਤ ਕਾ ਸਟੇਲ ਲੀ ਗਾ ਦਿਖਾਓ ਕਰ ਕਰ ਰੇਟ ਘਟ ਥਮ ਮਤਲਬ ਇਹ ਤੋੜ ਕਾ ਦਿਖਾਓ ਮਾਰੇਉ ਥਰਮਲ ਇਹ ਚੱਕਰ ਪੈ ਗਿਆ ਕੱਲ ਚੰਨੀ ਸਰਕਾਰ ਕਾ ਪਰ પેટ્રોલ ਕਾ 10 ਰੁਪਏ ਕਰ ਕਾ ਸਸਤਾ 5 ਰੁਪਏ પેટ્રોલ ਇਹ ਡੀਜ਼ਲ ਸਸਤਾ ਕਰ ਕਾ ਲੋਕਾਂ ਨੂੰ ਲਾ ਲਿਆ ਇੱਕ ਵਾਰ ਫੇਰ ਇਹਨਾਂ ਨੇ ਮਗਰ ਹਰ ਵੀਰ ਵਧੀਆ ਗੱਲ ਪਰ ਯੋ ਕਹਿ ਸਕਾਂ ਵੀਰ ਸਰਕਾਰ ਨੇ ਹਲੇ ਜਨਤਾ ਦੇ ਕੱਪੜੇ ਲਾਏ ਯੋ ਕੱਪੜੇ ਲਾਗਾ ਮਤਲਬ ਕਹਿ ਲਿਓ ਕੱਚਾ ਵਾਪਸ ਕਰ ਤੇ ਆ ਵੀ ਯੋ ਕੱਚਾ ਥਾਰਾ ਲੈ ਜਿਓ ਬਣਾ ਬਾਕੀ ਹੋਰ ਮਿਹਨਤ ਕੀ ਲੋਡ 2022 ਮਾ ਯੋ ਮਤਲਬ ਬਾਕੀ ਕੱਪੜੇ ਸਾਨੂੰ ਮਿਲ ਸਕਾਂ ਜਾਂ ਥੰ ਬੋਟ ਪਾਵਾਂਗੇ ਅਰ ਜੇ ਥਾਨਾ ਫੇਰ ਭੇਡ ਬੱਕਰੀਂ ਜਿ ਤਰਾਈਂ ਵੋਟਾਂ ਇਧਰ ਉਧਰ ਨੂੰ ਕਰ ਕਰ ਕੇ ਪਾਤੀਆਂ ਵੀਸ ਨੂੰ ਪਾ ਦਿਓ ਯੋ ਮਾਰੇ ਚਾਚੇ ਦਾ ਮੁੰਡਾ ਯੋ ਮਾਰੇ ਮਾਮੇ ਦਾ ਯੋ ਮਾਰੇ ਪਿੰਡੂ ਯੋ ਮਾਰੇ ਪਿੰਡਾਲਾ ਵੀਰ ਵੀਰ ਕੱਚਾ ਵੀ ਥਾਰਾ ਯੋਜਨਾ ਫੇਰ ਉਤਾਰ ਕੇ ਵੇਚ ਦੇਣਾ ਵੀਰ ਫੇਰ ਨੰਗੇ ਕਰ ਦੇਗੇ ਤੁਹਾਨੂੰ ਯੋ ਪੱਕੀ ਬਾਤ ਆਰ ਵੀਰ ਯੋ ਕਲੋ ਯੋ ਕਲੋ ਵੀ ਉਹ ਹੋ ਰਗਾ ਉਮੀਦ ਵੀ ਕੀ ਰੱਖ ਸਕਾ ਬਾਕੀ ਵੀਰ ਇਹ ਤਾਂ ਬਾ बात ਬਣ ਗਈ ਵੀ ਊਂਠ ਪਾ ਤੇ ਛਾਲ ਨਹੀਂ ਧਾਰਨੇ ਵਾਲੀ ਗੱਲ ਹੋਗੀ ਚਲੋ ਖਰ ਕੋਈ ਨਹੀਂ ਵੀਰ ਆਣ ਵਾਲੇ ਟਾਈਮ ਮਾ ਪਤਾ ਲੱਗ ਜਾਏਗਾ ਕਾਲੂ ਬਾਪੂ ਗੁਰਦਾਸ ਬਾਦਲ ਦਾ ਛੋਕਰਾ ਮਾਨਪ੍ਰੀਤ ਬਾਦਲ ਵੀ ਕਹਿ ਸਕਾ ਵੀਰ ਕੱਲ ਤੋਂ ਕਰਤੇ ਐਲਾਨ ਪਰ ਖਜ਼ਾਨਾ ਤੋਂ ਖਾਲੀ ਅੱਗਾ ਗ੍ਰਾਂਟਾਂ ਵੀ ਦੇਣੀਆਂ ਅੱਗਾ ਉਹ ਮੁਲਾਜ਼ਮਾਂ ਦਾ ਡੀਏ ਵੀ ਦੇਣਾ ਸਰਕਾਰੇ ਮੁਲਾਜ਼ਮਾਂ ਨੂੰ ਤਨਖਾਹ ਵੀ ਦੇਣੀ ਪਟ્રોલ ਵਾ ਬੈਟ ਠੋਕਾ ਲਾਵੇਂਗੇ ਤਾਂ ਹੀ ਪੈਸੇ ਇਕੱਠੇ ਹੋਣਗੇ ਰਾਜੇ ਬੜਿੰਗ ਵਾਲਾ 50 ਲੱਖ ਤੋਂ ਵੀਰੋ ਹੋਰੇ ਖੱਡਾਂ ਵਾਂ ਬਲੀ ਜਾ ਰਿਆ ਵਿਆਜ ਪਰ ਵਿਆਜ ਵਿਆਜ ਪਰ ਵਿਆਜ ਤਾਰੇ ਰਾਜੇ ਬੜਿੰਗ ਵਾਲੇ ਪੈਸੇ ਗੱਲ ਯੋਗਾ ਮੋ ਯਗਲੂ ਦੇਖ ਲਿਓ ਜਾਈ ਹਰ ਉਧਰ ਲੋਗ ਪੁੱਛ ਰਹੇਗਾ ਚੰਨੀ ਸਰਕਾਰ ਦੇ 50 ਦਿਨ ਪੂਰੇ ਹੋ ਗਏਗਾ ਕਿ ਇਤਨੇ ਨੰਬਰ ਦੇਂਗੇ ਲੈ ਦੱਸ ਮਾਰੇ ਪੁੱਛਰੇ ਪਿੰਡ ਵਾਲੇ ਮਾਨੂੰਗਾ ਕਿਤਨੇ ਨੰਬਰ ਦੇਂਗਾ ਲੈ ਾਡੇ ਮੈਂ ਮੈਂ ਕਿਹ ਨੰਬਰ ਦੇਣਾ ਹੈ ਚਾਹੇ 20 ਨੰਬਰ ਲੈ ਲਿਓ ਚਾਹੇ ਦੇ ਦਿਓ 30 ਨੰਬਰ ਹੈ ਮਾਰੇ 20 30 ਨੰਬਰ ਦੇਣੇ ਗਲ ਕੁਛ ਨਹੀਂ ਬਣਦਾ ਇਨਕਾ ਤਾਂ ਆਪਣਾ ਪਾਰਟੀ ਦਾ ਪ੍ਰਧਾਨ ਜੋ ਸਿੱਧੂ ਏ ਦੇਖ ਲਿਓ ਵੀਰੇ ਚੰਨੀ ਸਰਕਾਰ ਕੇ ਗੈਲਾ ਇਹ ਦੋ ਦੋ ਹੱਥ ਕਰਾ ਯੋਹੀ ਮੰਜੀ ਠੋਕਰ ਸਾਰਿਆਂ ਕੀ ਦੱਸ ਮੰਨੂ ਬੋਲਣੇ ਕੀ ਲੋੜ ਹੈ ਸਿੱਧੂ ਨੇ ਕੱਲ ਕੀ ਦਿਨੀ ਵਾਲੀ ਚਿੱਠੀ ਗੱਡੀ ਡੀਜੀਪੀ ਨੂੰ ਲਾਇਆ ਏਡੀਜੀ ਨੂੰ ਲਾਇਆ ਯੋ ਸਾਰਿਆਂ ਕੇ ਪੱਤੇ ਖੋਲ ਕੇ ਰੱਖਦੇ ਕੱਲ ਕਾ ਬਾਤਾਂ ਮਾਰੇਗਾ ਖਜ਼ਾਨੇ ਮੈਂ ਦੁਆਨੀ ਨਹੀਂ ਨਿਗਾ ਮੇਲਾ ਮੇਲਾ ਕਰਦੇ ਫਿਰਨੇ ਦੱਸ ਕਰੀ ਨਾ ਗੱਲਾਂ ਯੋ ਬਾਦੇ ਬਾਦੇ ਜੀ ਫੂਕ ਫਾਕ ਸਭ ਨਿਕਲ ਗਈ 20 ਨੰਬਰ ਲਾ ਦਿਓ ਚਾ ਜੋ ਮਰਜੀ ਕਹਿ ਦਿਓ ਅੱਗੇ ਇਹੋ ਪਤਾ ਨਹੀਂ ਵੀਰੇ ਬਾਕੀ ਉਹ ਕਹਿ ਲੋ ਵੀ ਜਿੰਨਾ ਰੌਲਾ ਰੂਲਾ ਜਿਆ ਪੈ ਰਿਆ ਚੰਨੀਗਾ ਕਦੇ ਉਹ ਬੀਲੀ ਦੀ ਤਾਰ 'ਪਾ ਚੜ ਜਾ ਪਲਾਸ ਲੇਗਾ ਕਦੇ ਕਿਸੇ ਘਰਾਂ ਵੜ ਜਾ ਰੋਟੀ ਖਾਣਾ ਕਦੇ ਦੀਵਾ ਬਾਲਿਆ ਵਕ ਕਿਸੇ ਘਰਾਂ ਜਾ ਕਾ ਕਦੇ ਵੀਰੇ ਇਹੋ ਕਿਸੇ ਜਨਮਾਂ ਵੜ ਜਾ ਵੀਰ ਜਨਾਂ ਵਾਲਿਆਂ ਦੇਦਾ ਵੀਰੇ ਸਖਨ ਇਹ ਕੰਬਦੀ ਆ ਹੋਰ ਚਲੋ ਲੋਕਾਂ ਨੂੰ ਵੀਰੇ ਮਾਲਾ ਮੁੱਟਾ ਲਗਣ ਲੱਗ ਗਿਆ ਵੀ ਮਾਰੇ ਘਰਾਂ ਸੀਐਮ ਆਇਆ ਮਾਰੇ ਘਰਾਂ ਸੀਐਮ ਆਇਆ ਬਾਕੀ ਗੱਲਾਂ ਬਾਤਾਂ ਘੈਂਟ ਆ ਪਰ ਲੋਕਾਂ ਦੇ ਘਰਾਂ ਰੋਟੀ ਖਾਣ ਦੇ ਬਿਨਾ ਕਰਿਆ ਵੀ ਕਿਹਾ ਇਹ ਨਾ ਮੈਂ ਬਾਤਾਂ ਉਹੀ ਮਾਰਿਆ ਠੰਡ માં 3 ਰੁਪਏ ਲਾਇਟ ਕਟਾਤੀ ਕੱਲ ਇੱਕ ਬੰਦਾ ਗਰਿਆ ਕਹੋ ਵੀਰ ਜੇ ਇਸ ਨੂੰ ਲਾਇਆ ਠੰਡ ਦੇ ਵਿੱਚ ਮੈਂ ਕਹਾ ਜੋ ਚੇ ਮੁੱਖ ਮੰਤਰੀ ਫੇਰ ਇਸका ਵੀ ਕੀ ਕਸੂਰ ਵੀ ਇਸ ਨੂੰ ਠੰਡ માં ਲਾਇਆ ਤੇ ਮਹਾਰਾਜ ਨੇ ਤਾਂ ਠੰਡ માં ਵੀ ਲਾ ਕੇ ਦੇਖ ਲਿਆ ਗਰਮੀ ਉਹ ਲਾ ਕੇ ਦੇਖ ਲਿਆ ਬੂਸਤੇ ਤਾਂ ਹੋਇਆ ਨਹੀਂ ਕੁਝ ਇਹ ਚੰਨੀ ਨੇ ਠੰਡ માં ਘੱਟ 3 ਰੁਪਏ ਲੈਣ ਸਸਤੀ ਕਰਤੀ ਬਿਰਦਾਸ ਮੈਂ ਕਹਾਂ ਜੋ 3 ਰੁਪਏ ਲੈ ਡੀ ਠੰਡ ਮ ਲਾਇਆ ਵੀ ਏਸੀ ਲਾ ਕਾ ਬੁਖਾਰ ਚੜਾ ਨੇ ਆਪਾਂ ਹੈ ਠੰਡ ਲਵਾ ਲੈ ਹੱਡਾਂ ਨੂੰ ਬੱਕਰੇ ਬੱਕਿਆਂ ਨੂੰ ਹਵਾ ਲਵਾ ਲੈ ਏਸੀ ਲਵਾ ਲੋ ਆ ਕਾ ਵੀ ਚੜੇ 3 ਰੁਪਏ ਲੈਡ ਸਸਤੀ ਹੋਗੀ ਬਾਤਾਂ ਘੇੜੀਆਂ ਮਾਰ ਰੇ ਠੰਡ ਮ ਤਾਂ ਵੈਸੇ ਹੀ ਦਿਲ ਨਹੀਂ ਆਂਦਾ ਇਹ ਹੈ ਤਾਂ ਵਿਰਭਗਤਾ ਉਸਕਾ ਤਾਂ ਕਰ ਕਾ ਯੋ ਬੋਲ ਰਹਾ ਤਾਂ ਚਲ ਕੋਈ ਬਾਤ ਨਹੀਂ ਹਰ ਉਧਰ ਤਰਵਿੰਦਰ ਪ੍ਰਧਾਨ ਕੇਂਦਰੀ ਮੰਤਰੀ ਦੱਸ ਕਈ ਬੰਦੇ ਨੂੰ ਪ੍ਰਧਾਨ ਬਣਨੇ ਦਾ ਸੌਂਕ ਹੋਵਾ ਕੰਜਨ ਲੋਕ ਪ੍ਰਧਾਨ ਨਹੀਂ ਬਣ ਦੰਦੇ ਪਰ ਕਈ ਦੇ ਗਲੇ ਜਿੱਤਰਾ ਸਿੱਧੂ ਪ੍ਰਧਾਨ ਬਣਿਆ ਵਾ ਯੋ ਬਿਆੰਤ ਕਾ ਪੋਤਾ ਵੀ ਕਹਿ ਰਗਾ ਮੈਨੂੰ ਬਣਾਓ ਪ੍ਰਧਾਨ ਪਰ ਤਰਵਿੰਦਰ ਜਿਹੜਾ ਆਇਓ ਕੇਂਦਰੀ ਮੰਤਰੀ ਤਰਵਿੰਦਰ ਈਸਕੇ ਪਿੱਛਾ ਨਾ ਤਰਵਿੰਦਰ ਸਿੰਘ ਲਗਾ ਤਰਵਿੰਦਰ ਰਾਮ ਨੇ ਤਰਵਿੰਦਰ ਰਾਓ ਤਰਵਿੰਦਰ ਫਲਾਣਾ ਤਰਵਿੰਦਰ ਯੋ ਤਰਵਿੰਦਰ ਵੋ ਈਸਕੇ ਘਰ ਦੇਨੇ ਚਾ ਕਾ ਤਰਵਿੰਦਰ ਪ੍ਰਧਾਨ ਲਾ ਦਿਆ ਗਾ ਲਓ ਜੀ ਪ੍ਰਧਾਨ ਕਾ ਹੈਗੇ ਸਾਰੇ ਇਸ ਨੂੰ ਜਿੱਤਰਾ ਕਈ ਬੰਦੇਗਾ ਨਾ ਹੋਵਾ ਡੀਸੀ ਹਾਂ ਵੀ ਕਿਸ ਨੂੰ ਜਾ ਰਹਾ ਮੀਨ ਕਾ ਡੀਸੀ ਨੂੰ ਮਿਲਣ ਜਾ ਰਿਹਾ ਸਾਬ ਨੂੰ ਮਿਲਣ ਜਾ ਰਿਹਾ ਇਸ ਤਰ੍ਹਾਂ ਕਿ ਨਾ ਇਪਰਦਾਨ ਰੱਖਦਾ ਇਸ ਕਨੋਂ ਪ੍ਰਦਾਨ ਕਹਿ ਰਿਹਾ ਕਿਸਾਨਾਂ ਬਾਰੇ ਕਾ ਲੱਖਾਂ ਲੋਕ ਗੱਲਾਂ ਕਰਾਂ ਕਿਸਾਨਾਂ ਨੂੰ ਕਾ 1,23,000 ਕਰੋੜ ਰੁਪਏ ਕੀ ਐਮਐਸਪੀ ਮੈਂ ਵਾਅਦਾ ਕਰਿਆ ਮਾਰੀ ਸਰਕਾਰ ਨੇ ਭਾਰਤਮਾ ਕਾ ਸਭ ਤੋਂ ਜ਼ਿਆਦਾ ਇਹ ਪੈਸੇ ਦਏ ਮੰਨ ਐਸਸੀਆਰ ਪਛੜੇ ਵਰਗਾ ਵਾਸਤਾ ਮੈਂ ਨਾ ਬਹੁਤ ਕੰਮ ਕਰਿਆ ਸਿੱਖ ਭਾਈਚਾਰੇ ਵਾਸਤਾ ਐਫਸੀਆਰ ਏ ਗ੍ਰਾਂਟ ਇਹ ਜਿਹੜੀ सरलीकरण ਕਰਿਆ ਆਰ ਗੁਰਦੁਆਰਿਆਂ ਦੇ ਵਿੱਚ ਮੈਂ ਲੰਗਰਾਂ ਦਾ ਜੀਐਸਟੀ ਚੱਕ ਤੇ ਆਗਮਨ ਮੁਕਤ ਕਰਤਿਆ ਜੀਐਸਟੀ ਮੁਕਤ ਹੋਣ ਕਰਕੇ ਲੰਗਰਾਂ ਦੇ ਵਿੱਚ ਮੈਂ ਕੋਈ ਜੀਐਸਟੀ ਲੱਗਦੀ ਕਰਤਾਰਪੁਰ ਲੰਗਰੇ ਦਾ ਵਾਅਦਾ ਮਾਨ ਪੂਰਾ ਕਰਿਆ 84 ਦੰਗੇ ਜੋ ਐਸਟੀ ਐਸਆਈਟੀ ਦਾ ਗਠਨ ਕਰਿਆ 84 1984 ਤੇ ਪ੍ਰਧਾਨ ਜੀ ਨੂੰ ਕੋਈ ਪੁੱਛੋ 1984 ਦੇ ਦੰਗੇ ਹਲੇ 2021 ਸ਼ੁਰੂ ਹੋ ਗਿਆ ਹਲੇ ਤਾਂ ਥਾਰੀ ਸੀਟ ਦਾ ਕੰਮ ਹੀ ਨਹੀਂ ਹੋਇਆ ਹੈ ਇਓ ਕਿ ਆ ਲਬਰੇ ਆ ਜਿਹੜਾ ਤੁਹਾਨੂੰ ਲੱਜ ਨਹੀਂ ਆਈ ਤੱਕ ਕੇਂਦਰੀ ਮੰਤਰੀ ਹੈ 10 ਜੀ ਨੇ GST ਲਾਇਆ ਉਸੀ ਨੂੰ ਪਤਾ ਨਹੀਂ ਕਿੱਥਾ ਲਾਇਆ ਦੱਸ ਬਾਤਾਂ ਮਾਰ ਨਾਲੇ 37 ਸਾਲ ਮਸੂਰੂ ਕਮੇਟੀ ਬਣੀ ਇਨਸਾਫ ਤੋਂ ਮਿਲਿਆ ਨਹੀਂ ਹੈ ਲੜਦਾ ਐਸੇ ਸਿਸਟਮ ਦੇ ਉੱਪਰ ਬਾਤਾਂ ਮਾਰਾ ਯੋ ਲੀਡਰ ਬਸ ਇਹ ਗੱਲਾਂ ਖੜਾ ਬਣਾਣ ਜੋਗੇ ਫਿਰ ਹੋਰ ਨੇ ਕੁਝ ਕਰਦੇ ਜੇ ਤਾਂ ਅੱਲਾ ਹੀ ਬਣਾ ਲੇ ਗੱਲਾਂ ਮਾਰਾ ਲੇ ਜਿੱਤਿਆਂ ਮਰ ਜਿਨਾਂ ਦੇ ਵਿੱਚ ਰਾਜਾ ਕਾ ਮਾਰ ਦੇ ਗੱਲਾਂ ਫਿਰ ਬਾਹ ਕੰਮ ਹੋ ਰਿਹਾ ਚਲੋ ਘਰ ਇਹ ਕੰਮ ਤਾਂ ਵੀਰ ਹੋਣਾ ਹੀ ਤੱਕ ਆ ਸਾਰੇ ਪਤਾ ਬਾਕੀ ਵੀਰ ਦੇ ਆਦਵੀ ਮਾਮਲੇ ਵਾ ਇਹ ਸੁਖਵੀਰ ਬਾਦਲ ਨੇ ਇਹ ਪੰਜਾਬ ਸਰਕਾਰ ਨੂੰ ਘੇਰ ਲਿਆ ਹੈ ਕਾ ਪੱਤਰਕਾਰਾਂ ਗਾ ਜੀ ਘੇਰ ਲੀ ਕਾ ਬਾਦਲ ਬਾਦਲ ਨੇ ਇਹ ਚੰਨੀ ਕੀ ਸਰਕਾਰ ਘੇਰ ਲਈ ਘੇਰ ਲਈ ਬਾਦਲ ਕੀ ਬਾਦਲ ਨੇ ਚੰਨੀ ਕੀ ਸਰਕਾਰ ਘੇਰ ਲਈ ਲਾ ਦੱਸ ਘੇਰ ਨਿਰਗੜਾ ਉਥਾ ਸੁਖਵੀਰ ਬਾਦਲ ਉਥਾ ਰੇਡ ਪਾਕ ਆਇਆ ਵੀ ਜਿਹੜਾ ਪਰਲੇ ਪਾਸ ਜਾਗਾ ਕੈਂਚੀ ਮਾਰਗਾ ਘੇਰ ਲਿਆ ਕਿਸ ਨੇ ਹੈ ਬਾਤਾਂ ਮੈਂ ਬਸ ਸੰਤਿਮਨ ਯਾ ਦਿੱਖਣ ਵਾਲੇ ਕਿਆ-ਕਿਆ ਲਿਖੀ ਜਾ ਚਲੋ ਬਾਕੀ ਵੀਰ ਬੇਅਦਮੀ ਮਾਮਲੇ ਪਾਇਓ ਬਾਤਾਂ ਮੈਂ ਬੋਲਦਾ ਚੰਗਾ ਲੱਗਦਾ ਦੁਨੀਆ ਬਹੁਤ ਸਿਆਣੀ ਸਭ ਨੂੰ ਪਤਾ ਕਿਹਾ ਹੋਇਆ ਮਾਰ ਉਧਰ ਯੋ ਇਸ ਕਾ ਪਪਾ ਸੁਖਬੀਰ ਬਾਦਲ ਦਾ ਯੋ ਬਾਪੂ ਪ੍ਰਕਾਸ਼ ਬਾਦਲ ਯੋ ਕਹ ਰਿਹਾ ਕੇਜਰੀਵਾਲ ਨੂੰ ਪੰਜਾਬ ਦੇ ਪਿੰਡਾਂ ਦਾ ਪਤਾ ਹੀ ਨਹੀਂ ਕਿ ਕਿੱਧਰ ਪਿੰਡ ਲੈ ਦੱਸ ਯੋ ਜਿਆਦਾ ਸਮਾਰਟ ਹੋ ਗਏ ਮੈਂ ਤਾਂ ਸਮਝਾਂ ਨੀ ਬਜ਼ੁਰਗ ਕੀ ਯੋ ਬਜ਼ੁਰਗ ਕਿਹੜੇ ਚੱਕਰਾਂ ਫਿਰ ਰਿਹਾ ਵੀਰ ਲੈ ਦੱਸ ਹੈ ਉਸ ਬੰਦੇ ਨੂੰ ਦੱਸ ਰਿਹਾ ਜੀ ਇਸ ਬੰਦੇ ਨੇ ਦੇਖ ਲਿਓ ਵੀਰ ਕਰੋੜਾ ਰੁਪਿਆ ਦਿੱਲੀ ਮੇਂ ਇਕੱਠਾ ਕਰਕੇ ਦਿਖਾ ਦਿਆ ਉਸ ਬੰਦੇ ਨੂੰ ਦੱਸ ਰਿਹਾ ਜਿਸ ਬੰਦੇ ਨੇ ਕਾ ਇਸ ਦਾ ਛੋਗਰਾ ਤਾਂ ਕਹ ਰਿਹਾ ਕਲੀਨਿਕ ਖੋਲੇ ਗਊ ਆ ਬੈਠੀਆਂ ਫਲਾਣਾ ਕਲੀਨਿਕ ਤੋਂ ਥਾਨਾ ਵੀ ਖੋਲੇ ਕਿਤਨੇ ਖੋਲੇ ਦੱਸੋ ਥਾਂ ਵੀ ਹੈ ਇਹੋ ਵੀਰ ਯੋ ਉਂਗਲੀਆਂ ਕਰਨੀਆਂ ਬਹੁਤ ਸੌਖੀਆਂ ਕੰਮ ਕਰਕੇ ਦਿਖਾਣੇ ਸੌਖੇ ਨਹੀਂ ਹੈ ਅਰ ਜੇ ਇਸ ਨੂੰ ਪੰਜਾਬ ਦੇ ਪਿੰਡਾਂ ਦਾ ਨਹੀਂ ਪਤਾ ਫਿਰ 18 ਮੋਦੀ ਯੋ ਵੀ ਤਾਂ ਹੈ ਕਰਤਾ ਪੰਜਾਬ ਮੋਦੀ ਨੂੰ ਪੁੱਛੋ ਕਿ ਤੇਰੇ ਪਿੰਡ ਪੰਜਾਬ ਮਾ ਯੋ ਦੱਸੇਗਾ ਹੈ ਕਹਿਣੇ ਤਾਂ ਥਾਂ ਬਹੁਤ ਉਸ ਕਾ ਯੋ ਮਤਲਬ ਇਹਨਾਂ ਨੂੰ ਮਤਲਬ ਕਹਿ ਲਓ ਇਹਨਾਂ ਨੂੰ ਪਤਾ ਪੰਜਾਬ ਦੇ ਪਿੰਡਾਂ ਦਾ ਵੀ ਕਾਲੇ ਵਾਲੀ ਵਿੱਚ ਮਾ ਜਿੱਤਣਾ ਉੱਠਾ ਗਿਆ ਕਰਨਾ ਬਾਦਲਮਾ ਜਿੱਤਣਾ ਉੱਠਾ ਗਿਆ ਕਰਨਾ ਲੰਬੀਮਾ ਜਿੱਤਣਾ ਉੱਠਾ ਗਿਆ ਕਰਨਾ ਇਹਨਾਂ ਨੂੰ ਪਤਾ ਹੋਰ ਨਹੀਂ ਪਤਾ ਕਿਸੇ ਨੂੰ ਬਾਕੀ ਪੰਜਾਬ ਦੇ ਲੀਡਰਾਂ ਨੂੰ ਸਾਰਾ ਪਤਾ ਇਹ ਜਿਹੜੇ ਪੰਜਾਬ ਦੇ ਬੱਖ ਬੱਖ ਪਾਰਟੀਆਂ ਦੇ ਲੀਡਰ ਕਿਹੜਾ ਹੋਟਲ ਕਿਸ਼ਪਾ ਕਿਤਨਾ ਕਬਜ਼ਾ ਕਰਨਾ ਕਿਹੜੀ ਟ੍ਰਾਂਸਪੋਰਟ ਇਸਪਾ ਕਰਜਾ ਕਰਨਾ ਕਿਹੜਾ ਯੋ ਬੜਾ ਯੋ ਆਧਾਰਾ ਇਸਕੇ ਉਪਰ ਕਾਬਜਾ ਕਰਨਾ ਯੋ ਇਹਨਾਂ ਨੂੰ ਪਤਾ ਵਸ ਯੋ ਲੀਡਰ ਲੂਟ ਰਣ ਹੋਰ ਨਹੀਂ ਪਤਾ ਕਿਸੇ ਨੂੰ ਹੈ ਦੱਸ ਕਮਾਲ ਕੀ ਬਾਤ ਅਰ ਉਧਰ ਕੈਪਟਨ ਅਮਰਿੰਦਰ ਸਿੰਘ ਕੀ ਗਾ ਇੱਕ ਵਿਕਟ ਹੋਰ ਗਿਰ ਗਈ ਯੋ ਬੱਗੀ ਤਿੱਤਰੀ ਕਮਾਦੋਂ ਨਿਕਲੀ ਯੋ ਮੁਹੰਮਦ ਸ਼ਦੀਕ ਸਾਹਿਬ ਕਹਿੰਦੇ ਮੈਂ ਨਹੀਂ ਛੱਡਦਾ ਕਾਂਗਰਸ ਚੰਗੀ ਬਾਤ ਵੀਰ ਸਿਆਣੀ ਗੱਲ ਕਰੀ ਇਸ ਨੂੰ ਪਤਾ ਕਾਂਗਰਸ ਛੱਡ ਗਾ ਕੁਛ ਨਹੀਂ ਬਣਦਾ ਵੀਰ ਈਬ ਤੋ ਖਾੜਿਆਂ ਪਬਲੀ ਲੈ ਕੇ ਜਾਣਾ ਕਿਸੇ ਨੂੰ ਯੋ ਬਾਬੇ ਨੂੰ ਪਹਿਲਾ ਤਾਂ ਲੈ ਲੂ ਜਾਂਦਾ ਹੈ ਲੈ ਜਾਣਾ ਵੀ ਨਹੀਂ ਕਿਸੇ ਨੇ ਵੀਰ ਜਿੱਦਣ ਦਾ ਮੋਢਾ ਉਤਰਿਆ ਇਹ ਤਾਂ ਕਿਸਾਨ ਅੰਦੋਲਨ ਨੂੰ ਚੜਾ ਜਾ ਸਕਾ ਕੋਡਾ ਮੋਢਾ ਉਤਰਿਆ ਵਾਂਗਾ ਮੇਰਾ ਤਾਂ ਕਾਇਸ਼ ਕਰ ਕਹਾ ਮੈਂ ਜਾ ਨਹੀਂ ਸਕਿਆ ਮੋਢਾ ਪਤਾ ਨਹੀਂ ਸੈਟਕ ਨਹੀਂ ਅੱਜ ਜੋ ਯਹੀ ਹਾਰ ਰਿਹਾ ਵੀਰ ਮੈਨੂੰ ਲੱਗ ਰਿਹਾ ਵੀ ਯੋ ਰਾਜਾ ਵੀ ਇਕੱਲਾ ਰਹਿ ਜਾਏਗਾ ਵੀਰ ਹੈ ਸਾਢੇ 4 ਸਾਲ ਰਾਜਾ ਕਰਾ ਮੰਨ ਐ ਇਤਨੇ ਪੈਸੇ ਦੇ ਇਤਨਾ ਕਾਰੋਬਾਰ ਕਰਕੇ ਦਿਖਾਏਗਾ ਲੋਕ ਵੀ ਮਰ ਜਾ ਕਾ ਕੰਮ ਨਹੀਂ ਕਰਿਆ ਕੰਮ ਨਹੀਂ ਕੰਮ ਵੀ ਬੋ ਕਰੇਗਾ ਮੰਨ ਐ ਯੋ ਰਾਜਾ ਕਹਿ ਰਿਹਾ ਹਰ ਦੇਖ ਲਿਓ ਥਾਰੇ ਮੂਰੇ ਚਲੋ ਘਰ ਕੋਈ ਬਾਤ ਨਹੀਂ ਬਾਕੀ ਬੀਰ ਅੱਗਾ ਥਾਨੂੰ ਪਤਾ ਵੀ ਰਾਜੇ ਨੂੰ ਬੰਦਿਆ ਕੀ ਲੋੜ ਬੰਦਿਆ ਰਾਜੇ ਕੀ ਲੋੜ ਪਰ ਯੋ ਬੀਰ ਸਖਪਾਲ ਖੈਰੇ ਕੀ ਜੇ ਬਾਤ ਕਰਾਂ ਬੀਰ ਜੋ ਵੀ ਕਾਂਗਰਸ ਛੱਡ ਗਿਆ ਚਲਿਆ ਗਿਆ ਤਾਂ ਚੜੂ ਵਾਲਿਆਂ ਮਾ ਚੜੂਣੋਂ ਤੇ ਫੇਰ ਕਾਂਗਸ ਮਾ ਆ ਗਿਆ ਪਾਰਟੀ ਛੱਡ ਗਿਆ ਕਿਸਿਆ ਕੁਸ ਨਹੀਂ ਬਣਿਆ ਮੇਰ ਕਦੇ ਜਗਦੇਵ ਕਮਾਲੂ ਪੀਰਮਲ ਯੋ ਉਰੀ ਦਿਖਾ ਦੇਗਾ ਬੀਰ ਥਾਨੂੰ ਉਰੀ ਦਿਖਾ ਦੇਗਾ ਸਾਰਾ ਕੋ ਥਾਰੇ ਮੂਰੇ ਹੋਵੇਗਾ ਜੋ ਹੋਵੇਗਾ ਜੋ ਜੋ ਮਰਜੀ ਕਹਿ ਲਿਓ ਬਾਈ ਉਹ ਇਤਰਾ ਦਾ ਜੀ ਬਾ ਉਤਰਾ ਦਾ ਜੀ ਕੁਛ ਨਹੀਂ ਹੋਣਾ ਵੀਰ ਗਰੰਟੀ ਗੱਲ ਖਾ ਲਿਓ ਪਾਰਟੀ ਤੋਂ ਪਾਰਟੀ ਹੋ ਬਾ ਵੀਰ ਵੋਟ ਪਾਰਟੀ ਨੂੰ ਪਾ ਬੰਦੇ ਬੁੰਦੇ ਕੇ ਮੂੰਹ ਨੂੰ ਨਹੀਂ ਵੋਟ ਪੈਂਦੀ ਇਹ ਭਲੇਖੇ ਮਾ ਨਾ ਰਿਓ ਧਾਮ ਬੰਦੇ ਕੇ ਮੂੰਹ ਨੂੰ ਵੋਟ ਪਵਾ ਉੱਥਾ ਚੰਡਾ ਖੜਿਆ ਦਾ ਜਲਾਲ ਜਲਾਲਾਬਾਦ ਤੇ ਕੈਪਟਨ ਉਥਾਰਾ ਜੋ ਪ੍ਰਕਾਸ਼ ਵਾਲੇ ਛੋਗਰੇ ਖਿਲਾਫ ਲੱਜਿਆ ਅਗਲੇ ਨੇ ਆਮ ਮਾਰਿਆ ਹਰਾ ਕਪਰਾ ਇਹ ਬੰਦੇ ਦਾ ਮੂੰਹ ਬੋਲ ਬੋਲ ਨਹੀਂ ਪੈਂਦੀ ਵੀਰ ਹਰ ਉਥਾ ਫਗਵਾੜੇ ਪਹੁੰਚਿਆ ਸੁਖਵੀਰ ਬਾਦਲ ਪਹਿਲਾਂ ਤੋਂ ਕਹਾ ਜੀ ਉਥਾ ਫਟਵਾਲ ਖੇਲੀ ਦਾ ਸਤਮਾਲ ਪਾਈ ਫਕ ਉਥਾ ਸੁਖਵੀਰ ਬਾਦਲ ਨੇ ਪਰ ਹਰਾਨੀ ਦੀ ਬਾਤ ਚਲੋ ਫੈਟ ਬਹੁਤ ਹੋ ਰਿਹਾ ਸੁਖਵੀਰ ਬਾਦਲ ਨੂੰ ਬਹੁਤ ਬੜਾ ਢਿੱਡ ਹੋ ਰਿਹਾ ਸੁਖਵੀਰ ਬਾਦਲ ਇਹ ਵੀ ਬੜੀ ਪ੍ਰਾਪਤੀ ਮੰਨ ਸਕਾਂ ਇਤਨਾ ਭਾਰੀ ਸਰੀਰ ਹੋਗਾ ਫਟਵਾਲ ਲੇਗਾ ਗੋਲ ਕਰਨ ਚਲਿਆ ਗਿਆ ਦੁਨੀਆ ਦਾ ਪਹਿਲਾ ਐਸਾ ਪਲੇਅਰ ਜਿਹੜੇ ਫਟਵਾਲ ਖੇਲੀ ਕਰ ਲੈਣਾ ਨਹੀਂ ਤਾਂ ਜੋ ਚੰਨੀ ਦਾ ਹਕੀਲੇਗਾ ਖੜ ਗਿਆ ਬਾਛੋੜੇ ਜੇ ਘੁਰਨੇ ਜੇ ਵਿਚਮਾ ਇਹ ਲੋ ਗੋਲ ਕਰਾਂ ਜਿੱਥਾ ਹੈ ਪਰ ਸ਼ਕਵੀਰ ਬਾਦਰਾ ਕੱਲਾ ਫਟਵਾਲ ਲੇਗਾ ਇਤਨਾ ਪਾਰ ਇਸ ਰੀਲ ਲੇਗਾ ਪੱਜਿਆ ਵੀਰਾ ਚੰਨੀ ਕਿਆ ਮੁਕਾਬਲਾ ਕਰ ਲੇਗਾ ਨਹੀਂ ਕਰ ਸਕਦਾ ਗਾਰੰਟੀ ਦਾ ਲਗਾ ਲਿਓ ਅਰ ਵੀਰਾ ਜਾਣ ਤੇ ਪਹਿਲਾਂ ਥਾਨਿਕ ਕੋ ਹੋਰ ਗੱਲ ਵੀ ਦੱਸਾਂ ਵਾਹ ਗੱਲ ਜੋ ਕਹਰੇ ਵੀਰ ਇਹ ਜਿਹੜਾ ਇਹ ਕੀ ਨੋ ਅੰਟਾਰੀਓ ਦੇ ਵਿੱਚ ਚਮਕ ਨੇਡੇ ਮਾ ਮਾਰੇ ਮਾ ਰੀਅਲ ਏਸਟੇਟ ਵਾਲੇ ਕਾ ਬਹੁਤ ਭੱਦਰਪੁਰਸ਼ ਜਿਨ੍ਹਾਂ ਨੇ heira ਫੇਰੀ ਕਰਤਾ ਲਾਇਸੈਂਸ ਲੈ ਲੇ ਹਰੇਕ ਬੰਦਾ ਉਥਾ ਪਲਾਟ ਵੇਚਣ ਲੱਗ ਰਿਹਾ ਫਿਰ ਆ ਮੈਂ ਵੀ ਪਲਾਟ ਵੇਚਾਂ ਮੈਂ ਵੀ ਪਲਾਟ ਵੇਚਾਂ ਹਰ ਇੱਕ ਜਾਂਚ ਮੈਂ ਨਗੇ ਲਾਇਸੈਂਸ ਸਸਪੈਂਡ ਹੋ ਗਏ ਔਰ ਜਿਹੜੀ ਕੰਪਨੀਆਂ ਰੀਅਲ ਏਸਟੇਟ ਦੇ ਲਾਇਸੈਂਸ ਦਏ ਦੋ ਨੰਬਰ ਮਾ ਯੋ ਵੀ ਚੱਕਾ ਕਾ ਦੇਣਗੇ ਅੰਦਰ ਇਹਨਾਂ ਕੇ ਵੀ ਲਾਇਸੈਂਸ ਸਸਪੈਂਡ ਕਰਨਗੇ ਯੋ ਜਮਾ ਕਲੇ ਸਖੜਾ ਹੋ ਗਿਆ ਅੰਟਾਰੀਓ ਦੇ ਵਿੱਚ ਇਹ ਦੇਖੋ ਵੀਰਗਾ ਕੀ ਬਣੇਗਾ ਪਰ ਯੋ ਲਾਇਸੈਂਸਾਂ ਵਾਲੇ ਘਰ ਬਹੁਤ ਕਮਾਲ ਰਹੇ ਯੋ ਕਮਾਲ ਕੀ ਬਾਤ ਜਿਹੜੀ ਦੇਖ ਲੋ ਬਿਨਾ ਪੜਾਏ ਪੜੂਈ ਤੇ ਬਿਨਾ ਲਿਖਾਈ ਲਗੂਈ ਤੇ ਲਾਇਸੈਂਸ ਲਈ ਵੀਰਰੇ ਵੀਰੂਾ ਥਾ ਪਲਾਟ ਵੇਚਣਗੇ ਔਰ ਕਾਲਾ ਮੰਨ ਰੋੜਾ ਯੋ ਵੀ ਚੰਨੀ ਨੂੰ ਕੱਟ ਰਿਆ ਦਾ ਕੱਲ ਇੱਕ ਛੋਕਰਾ ਵਿਆਹ ਕਰਨ ਜਾ ਰਿਹਾ ਟਰੈਕਟ 'ਤੇ ਚੜਕਾ ਔਰ ਆਮਰ ਰੋੜਾ ਮੰਗਰਾਟ 'ਤੇ ਬੈਗਾ ਫੋਟੋਆਂ ਤਰਾ ਰਿਆਗਾ ਬਾਕੀ ਵੀਰਿਆ ਤਾਂ 3 ਮਹੀਨੇ ਸਰਕਸ ਚੱਲੇਗੀ ਪੰਜਾਬ ਕੇ ਵਿੱਚ ਮਹਾਲੇ ਕੋਈ ਮੰਗਰਾਟ ਵਾ ਚੜ ਰਾ ਕੋਈ ਲਿਫਟ ਵਾ ਖੜਾ ਹੋਵੇਗਾ ਕੋਈ ਛਤਰੀ ਦੇ ਉੱਪਰ ਬਹਿ ਜਾਏਗਾ ਕੋਈ ਟਾਇਰਾਂ ਦੇ ਉੱਪਰ ਬਹਿ ਜਾਏਗਾ ਕੋ ਬੰਪਰ ਵਾ ਬਹਿ ਜਾਏਗਾ ਜੋ ਪਤਾ ਨਹੀਂ ਕਿਆ ਕਿਆ ਹੋਵੇਗਾ ਚਲੋ ਲਾਡਾ ਡਿਸਕਸ਼ਨ ਲਾਡਾ ਜਸੂਸ ਪ੍ਰੋਗਰਾਮ ਦੇ ਵਿੱਚ ਵਾ ਆ ਲਾਡਾ ਪੁਆਦੀ ਪ੍ਰੋਗਰਾਮ ਆ ਯੋ ਅੱਜ ਦਾ ਪ੍ਰੋਗਰਾਮ ਦਾ ਕੱਲ੍ਹ ਵੀ ਇਸੇ ਟਾਈਮ ਥਾਰੇ ਗੱਲ ਕਰਾਂਗਾ ਫੇਰ ਸਿੱਧੀ ਗੱਲਬਾਤ ਇਹਨ ਸਾਰਿਆਂ ਨਾਲ ਲਾਡੇ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ